हेलो एवरीवन, मैं ਤੁਹਾਡਾ ਦੋਸਤ ਹੋਸਟ ਸਾਉਲ ਨਾਜ਼ਰ ਤੇ ਇਹ ਵੀਡੀਓ ਜਸਟ ਇਨਫੋਰਮੇਸ਼ਨ ਹੈ ਸਿਰਫ ਉਹਨਾਂ ਲਈ ਜਿਹੜੇ ਮੈਨੂੰ ਜਾਣਦੇ ਨੇ ਓਕੇ ਜਿਹੜੇ ਮੇਰੇ ਨਾ ਕਿਸੇ ਸੋਸ਼ਲ ਮੀਡੀਆ ਅਕਾਊਂਟ ਤੇ ਰਿਲੇਟਡ ਨੇ ਸਿਰਫ ਉਹਨਾਂ ਲਈ ਇਹ ਵੀਡੀਓ ਹੈ ਜਸਟ ਇਨਫੋਰਮੇਸ਼ਨ ਹੈ ਅੱਛਾ ਤੇ ਮੈਂ ਆਪਣੇ ਨਾ ਸੋਸ਼ਲ ਅਕਾਊਂਟਸ ਵਾਸਤੇ ਕੁਝ ਵੀਡੀਓ ਬਣਾਉਣੀਆਂ ਨੇ ਅੱਛਾ ਉਹਨਾਂ ਵਿੱਚ ਮੈਂ ਕੁਝ ਲਫ਼ਜ਼ ਯੂਜ਼ ਕਰਨੇ ਨੇ ਜਿਸ ਤਰ੍ਹਾਂ ਰਿਸ਼ਤੇਦਾਰ ਮਸ਼ੂਕ ਸਮਝ ਰਹੇ ਹੋ ਵੈਸੇ ਮੇਰੀ ਕੋਈ ਮਸ਼ੂਕ ਵਗੈਰਾ ਹੈ ਕੋਈ ਨਹੀਂ ਐਸੇ ਮੈਂ ਬੜਾ ਸਖਤ ਲਾਉਂਦਾ ਠੀਕ ਹੈ ਕੋਈ ਦੋਸਤ ਵਗੈਰਾ ਕੋਈ ਹਕੂਮਤ ਦਾ ਲਫ਼ਜ਼ ਇਸਤੇਮਾਲ ਕਰ ਲੈਣਾ ਠੀਕ ਹੈ ਤੇ ਤੁਹਾਡੇ ਨਾਲ ਬਸ ਇੰਨੀ ਕੋਈ ਗੱਲ ਕਰਨੀ ਹੈ ਕਿ ਉਹ ਜਿਹੜਾ ਲਫ਼ਜ਼ ਹੈ ਉਹ ਮੈਂ ਜਸਟ ਇੰਟਰਟੇਨਮੈਂਟ ਵਾਸਤੇ ਲਾਵਾਂਗਾ ਸਮਝ ਰਹੇ ਹੋ ਤੁਸੀਂ ਆਪਣੇ ਤੇ ਨਹੀਂ ਲਾਉਣਾ ਸਮਝ ਰਹੇ ਹੋ ਨਾ ਠੀਕ ਹੈ ਹੁਣ ਦੇ ਜਿਹਾ ਹੈ ਕਿ ਮੈਨੂੰ ਕਦੀ ਕਦਾਰ ਰੋਣਾ ਵੀ ਪੈ ਜਾਣਾ ਕਿਸੇ ਦੇ ਖਾਬਾਂ 'ਚ ਖੋਣਾ ਵੀ ਪੈ ਜਾਣਾ ਕਿਸੇ ਨਾਲ ਗੱਲ ਕਰਨੀ ਵੀ ਪੈ ਜਾਣੀ ਹੈ ਕਿਸੇ ਨਾਲ ਗੱਲ ਨਹੀਂ ਵੀ ਕਰਨੀ ਅਤੇ ਬਸ ਇੰਝ ਨਿਜ਼ਾਮ ਚਲਾਉਣਾ ਵੇ ਅਤੇ ਇਹ ਵੇ ਕਿ ਬਸ ਤੁਸੀਂ ਆਪਣੇ 'ਤੇ ਨਹੀਂ ਲਾਉਣੀ ਸਮਝ ਰਹੇ ਹੋ ਨਾ ਅਤੇ ਨਾ ਹੀ ਮੇਰੇ ਘਰ ਵਾਲਿਆਂ ਨੂੰ ਜਾਂ ਮੇਰੇ ਅੱਬੇ ਨੂੰ ਕਿਸੇ ਨੇ ਵੀਡੀਓ ਭੇਜਣੀ ਹੈ ਠੀਕ ਹੈ ਕਿਉਂਕਿ ਅੱਬੇ ਮੇਰੇ ਕੋਲ ਮੈਨੂੰ ਗਾਲਾਂ ਬੜੀਆਂ ਪੈਣੀਆਂ ਹਮਕੋ ਸਿਖਾਰੀਆ ਹੈ ਅਤੇ ਉਹ ਕੋਈ ਗੱਲ ਨਹੀਂ ਹੋਣ ਵੀ ਪੈਂਦੀਆਂ ਨੇ ਪਰ ਫਿਰ ਅੱਬੇ ਨੇ ਕਹਿਣਾ ਕਿ ਤੂੰ ਕਿਹੜੇ ਪੁੱਠੇ ਕੰਮਾਂ 'ਚ ਪੈ ਗਿਆ ਸ਼ਾਬਾਸ਼ ਬੇਟਾ ਥੋੜ੍ਹਾ ਜਿਹਾ ਖਿਆਲ ਰੱਖਣਾ ਕਿ ਵੀਡੀਓ ਜਿਹੜੀ ਹੈ ਨਾ ਆਪਣੇ ਤੱਕ ਹੀ ਮਹਦੂਦ ਰੱਖਣੀ ਹੈ ਸਮਝ ਰਹੇ ਹੋ ਨਾ ਤੇ ਬੱਚਿਆਂ ਨੂੰ ਖਾਣੀ ਹੈ ਇਹ ਰਹਾ ਨਹੀਂ ਜਾਣਾ ਕਿਉਂਕਿ ਉਹਦੇ ਵਿੱਚ ਗਾਲਾਂ ਵੀ ਕੱਢਣੀਆਂ ਨੇ ਇਸ ਟਾਈਮ ਕੋਈ ਗਾਲਾਂ ਵੀ ਕੱਢਣੀਆਂ ਪੈ ਜਾਣੀਆਂ ਸਮਝ ਰਹੇ ਹੋ ਤੇ ਮੇਰੀ ਵੀਡੀਓ ਬੱਚਿਆਂ ਤੋਂ ਵੀ ਦੂਰ ਰੱਖਣੀ ਹੈ ਮੈਂ ਥੱਲੇ ਲਿਖਦਾ ਕਰਾਂਗਾ 18+ ਹਮਕੋ ਸਿਖਾ ਰਿਹਾ ਹੈ ਤੇ ਆਪ ਹੀ ਤੁਹਾਨੂੰ ਸਮਝ ਆਈਏ ਕਰੇਗੀ ਚਲੋ ਫਿਰ ਬਸ ਸਪੋਰਟ ਕਰਿਓ ਸਟਾਰਟ ਕਰਦੇ ਹਾਂ ਆਪਾਂ ਉਸ ਤੋਂ ਇਲਾਵਾ ਚਲੋ ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ ਖਤਮ ਬਾਏ ਬਾਏ ਟਾਟਾ ਗੁੱਡ ਬਾਏ